ਦੋਸਤੋ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਹੈ। ਜਿੱਦਾਂ ਕਿ ਦੋਸਤੋ ਆਪਾਂ ਜਾਣਦੇ ਹਾਂ ਕਿ ਜਦੋਂ ਵੀ ਆਪਾਂ ਕਤਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਖੜਦੇ ਹਾਂ ਤਾਂ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਖੜਦੇ ਹਾਂ ਜਾਂ ਫਿਰ ਵਾਹਿਗੁਰੂ ਦਾ ਜਾਪ ਵੀ ਕਰਦੇ ਹਾਂ। ਪਰ ਜਿਹੜੀ ਹੁਣ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਵਾਲੀ ਕਤਾਰ ਦੇ ਵਿੱਚ ਇੱਕ ਔਰਤ ਖੜੀ ਹੁੰਦੀ ਹੈ ਜਿਸ ਨੇ ਕਿ ਵਾਹਿਗੁਰੂ ਦਾ ਜਾਪ ਤਾਂ ਕੀ ਕਰਨਾ ਹੈ ਸਗੋਂ ਕਿ ਉਹ ਆਪਣੇ ਮੋਬਾਈਲ ਤੇ ਗੇਮਾਂ ਖੇਡ ਰਹੀ ਹੈ ਜਿਸ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਔਰਤ ਗੇਮ ਖੇਡ ਕੇ ਆਪਣਾ ਟਾਈਮ ਪਾਸ ਕਰ ਰਹੀ ਹੈ। ਦੋਸਤੋ ਕੀ ਬਣੂਗਾ ਇੱਦਾਂ ਦੇ ਲੋਕਾਂ ਦਾ, ਇਹ ਦੇਖੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੇ ਅੰਦਰ ਦੀ ਹੈ ਜਿੱਥੇ ਆਪਾਂ ਲਾਈਨ 'ਚ ਲੱਗ ਕੇ ਮੱਥਾ ਟੇਕਦੇ ਹਾਂ। ਇਹ ਬੀਬੀ ਪਿਛਲੇ ਕਾਫੀ ਸਮੇਂ ਤੋਂ ਲਾਈਨ 'ਚ ਲੱਗੀ ਹੋਈ ਗੇਮ ਖੇਡ ਰਹੀ ਆ। ਇਹਨੂੰ ਇੱਕ ਦੋ ਬੰਦੇ ਨੇ ਕਿਹਾ ਵੀ ਤੂੰ ਇਹ ਨਾ ਕਰ, ਪਰ ਨਹੀਂ ਹਟੀ, ਦੇਖੋ ਲੱਗੀ ਹੋਈ ਆ। ਦੋਸਤੋ ਤੁਸੀਂ ਕਹਿਣਾ ਚਾਹੋਗੇ ਅਜਿਹੀ ਔਰਤ ਦੇ ਬਾਰੇ, ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ।